ਯਾਰਾਂ ਦਾ ਟਰੱਕ ਬਲੀਏ GT ਰੋਡ ਤੇ ਦਵਾਈਆਂ ਪਾਵੇ, ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਚੜ ਜਾ, ਭੋਏ ਵੇਚ ਕੇ ਟਰੱਕ ਲੈ ਆਂਦਾ ਤੇ ਬਾਬੇ ਦੀ ਫੁੱਲ ਕਿਰਪਾ। ਜਦੋਂ ਇਹ ਗੀਤ ਬਨੇਰਿਆਂ ਤੇ ਵੱਜਦਾ ਸੀ ਤਾਂ ਉਸ ਸਮੇਂ ਟਰੱਕਾਂ ਵਾਲੇ ਬਾਈਆਂ ਦੀ ਪੂਰੀ ਚੜ੍ਹਾਈ ਹੁੰਦੀ ਸੀ, ਪਰ ਸਮੇਂ ਦੇ ਬਦਲਾਅ ਨਾਲ ਜਿਹੜਾ ਹੋਰ ਵੀ ਧੰਦੇ ਲੋਕਾਂ ਦੇ ਚੌਪਟ ਹੋ ਗਏ ਆ ਅਤੇ ਜਿਹੜਾ ਟਰੱਕ ਦਾ ਧੰਦਾ ਵੀ ਐਡਾ ਲਾਏ ਬੰਦਾ ਨਹੀਂ ਰਿਹਾ। ਅੱਜ ਅਸੀਂ ਸਾਧਕ ਮੰਡੀ ਵਿੱਚ ਖੜ੍ਹੇ ਹਾਂ ਅਤੇ ਗੱਲ ਕਰਦੇ ਹਾਂ ਟਰੱਕਾਂ ਵਾਲੇ ਬਾਈਆਂ ਨਾਲ ਕਿ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ, ਕੀ ਦੁੱਖ ਤਕਲੀਫਾਂ ਨੇ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਵੀ ਸਰਕਾਰ ਨੇ ਤੁਹਾਡੀਆਂ ਯੂਨੀਅਨਾਂ ਜਿਹੜੀਆਂ ਤੋੜ ਦਿੱਤੀਆਂ ਸੀ, ਠੀਕ ਹੈ ਨਾ, ਉਹਦਾ ਤੁਹਾਨੂੰ ਫਾਇਦਾ ਹੋਇਆ ਕਿ ਨੁਕਸਾਨ? ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਹੁਤ ਜ਼ਿਆਦਾ ਜੀ। ਕੀ ਨੁਕਸਾਨ ਹੋਇਆ ਸਾਨੂੰ ਜੀ? ਅੱਗੇ ਸਾਡਾ ਗੇੜਾ ਹੁੰਦਾ ਸੀਗਾ ਜੀ ਘੱਟੋ ਘੱਟ 20,000 ਦਾ, ਅੱਜ ਗੇੜਾ ਸਾਡਾ ਜੀ ਰਹਿ ਗਿਆ ਵੀ 7-8,000 ਦਾ ਜੀ। ਠੀਕ ਹੈ ਜੀ। ਅੱਗੇ ਸੀਜ਼ਨ ਲਾਉਂਦੇ ਸੀ ਅਸੀਂ ਘੋੜਾ ਲਾਉਂਦੇ 10 ਗੇੜੇ 2,00,000 ਰੁਪਇਆ ਬਣਦਾ ਸੀ, ਅੱਜ ਸਾਡਾ ਬਣਦਾ ਜੀ 70-80,000 ਰੁਪਇਆ ਜੀ। ਅਤੇ ਡੀਜ਼ਲ ਵੀ ਵੱਧ ਗਿਆ ਜੀ, ਗੱਡੀਆਂ ਫੜ ਕੇ ਲਈ ਜਾਂਦੇ ਆ ਜੀ। ਤੇ ਇਹ ਜਿਹੜਾ ਮੰਡੀ ਚ ਜਿਵੇਂ ਸੀਜ਼ਨਲ ਕੰਮ ਆ, ਠੀਕ ਹੈ ਨਾ, ਤੇ ਉਹ ਹੁਣ ਜਿਹੜੇ ਕਿੰਨੇ ਕੁ ਟਰੱਕ ਹੈਗੇ ਆ ਜਿਹੜੇ ਸੀਜ਼ਨਲ ਕੰਮ ਕਰਦੇ? 300 ਟਰੱਕ ਸੀ ਸਾਡਾ, 150 ਟਰੱਕ ਦਾ ਯੂਨੀਅਨ ਨੇ ਵਿਕਾਤਾ ਜੀ। ਠੀਕ ਹੈ ਜੀ। ਚਲੋ ਬੰਦਾ ਕੋਈ ਸਰਦਾ ਉਹ ਲਈ ਫਿਰਦਾ, ਮਾੜਾ ਬੰਦਾ ਜੀ ਜਮ੍ਹਾਂ ਖਤਮ ਹੋ ਗਿਆ ਜੀ, ਉਹਦਾ ਜਗਾੜ ਚੱਲਿਆ ਸੀ, ਕੋਈ 1,00,000 ਦਾ ਸੀਜ਼ਨ ਲਾਇਆ, ਕੋਈ ਖਰਚਾ ਕੱਢ ਕੇ ਉਹਨੂੰ ਕੋਈ 50,000 ਬਚਦਾ ਸੀ, ਆਪਦਾ ਬੱਚੇ ਪਾਲੀ ਜਾਂਦਾ ਸੀਗਾ ਜੀ। ਅੱਜ ਉਹ ਜੀ ਗੱਡੀਆਂ ਵੇਚ ਗਈਆਂ, ਅੱਜ ਉਹ ਬੰਦੇ ਦਿਹਾੜੀਦਾਰ ਹੋ ਗਏ। ਠੀਕ ਹੈ। ਅਤੇ ਇਹ ਜਿਹੜਾ ਮੰਡੀ ਦਾ ਸਿਸਟਮ ਆ, ਇਹ ਤੁਹਾਨੂੰ ਜਦੋਂ ਪੈਸੇ ਮਿਲਦੇ ਆ, ਤੁਸੀਂ ਮਾਲ ਦੀ ਢੋਆ ਢੁਆਈ ਕਰਦੇ ਆ, ਤਾਂ ਉਹ ਪੈਸੇ ਆਉਂਦੇ ਆ ਕਿ ਤੁਹਾਨੂੰ ਉਹ ਸੌਖੇ ਮਿਲ ਜਾਂਦੇ ਆ ਜਾਂ ਉਹ ਵੀ ਤੁਹਾਨੂੰ ਮੁਸ਼ਕਲ ਨਾਲ? ਨਾ ਜੀ, ਪਹਿਲਾਂ ਸੌਖੇ ਮਿਲਦੇ ਜੀ, ਕਦੋਂ ਸਰਕਾਰ ਸੀ ਕਾਲੀਆਂ ਦੀ, ਅੱਜ ਸਾਨੂੰ ਕੁਛ ਨਹੀਂ ਮਿਲਦਾ ਜੀ। 6-6 ਮਹੀਨਾ ਬਾਅਦ ਕਰੋ ਸੀਜ਼ਨ ਲਾਉਂਦੇ ਹਾਂ ਜੀ, ਸੀਜ਼ਨ ਹੁਣ ਗਾਂਹ ਸੀਜ਼ਨ ਲਾਵਾਂਗੇ ਜੀ, ਅਤੇ ਉਦੋਂ ਸਾਨੂੰ ਪੈਸੇ ਮਿਲਣੇ, ਉਹ ਵੀ ਅੱਧੇ ਮਿਲਣੇ ਆ। 1,00,000 ਬਣਿਆ ਜੀ ਸਾਨੂੰ, 30 ਦੇ ਦਾ, 40 ਦੇ ਦਾ, 50 ਦੇ ਦਾ ਜੀ, ਐਂ ਮਿਲਦੇ ਆ। ਅਤੇ ਇਹ ਜਦੋਂ ਤੁਸੀਂ ਮਾਲ ਉੱਥੇ ਲਾਉਣ ਜਾਂਦੇ ਹੈ ਤੇ ਇਹ ਵੀ ਸੁਣਿਆ ਜਾਂਦਾ ਕਿ ਉੱਥੇ ਤੁਹਾਡੇ ਤੋਂ ਜਿਹੜੇ ਏਜੰਸੀਆਂ ਵਾਲੇ ਪੈਸੇ ਮੰਗਦੇ ਆ, ਕੀ ਇਸ ਗੱਲ ਸੱਚਾਈ ਆ? ਉਹ ਤਾਂ ਮੰਗਦੀ ਹੈ ਜੀ, ਡਾਲਾ ਮੰਗਦੇ ਆ ਜੀ ਸਾਡੇ ਤੋਂ। ਉਹ ਕਿਹੜੀ ਗੱਲ ਦਾ ਮੰਗਦੇ? ਉਹ ਜੀ ਕਹਿੰਦੇ ਗੱਡੀਆਂ ਆਪਾਂ ਲਾਉਂਦੇ ਹਾਂ, ਉਹ ਗੱਡੀਆਂ ਦਾ ਡਾਲਾ ਮੰਗਦੇ ਆ ਜੀ, ਲੇਬਰ ਦੀ ਲਵਾਈ। ਵੈਸੇ ਹੀ ਮਤਲਬ ਟੈਕਸ? ਹਾਂਜੀ, ਉਹ ਡਾਲੇ ਸਾਡੇ ਬੰਦ ਆ ਜੀ, ਊਂ ਇਹਦਾ ਊਂ ਹੀ ਧੱਕਾ ਵੱਲ ਗੁੰਡਾ ਟੈਕਸ। ਇਹ ਸਾਨੂੰ ਯੂਨੀਅਨ ਦਾ ਪੈਸਾ ਮਿਲੇ ਟਾਈਮ ਸਿਰ ਜੀ, ਸਾਡੀਆਂ ਗੱਡੀਆਂ ਵੀ ਚੱਲਣ, ਗੱਡੀਆਂ ਥੱਲੇ ਟਾਇਰ ਨਹੀਂ ਟੱਪੇ ਨਹੀਂ ਗਏ, ਪੈਸੇ ਮਿਲਣ ਟਾਈਮ ਨਾਲ ਤਾਂ ਟਾਇਰ ਲਵਾਈ ਕੇ ਅਸੀਂ ਚਲਾਵਾਂਗੇ। ਇਹ ਨਾ ਪੈਸੇ ਦੇਣਗੇ ਜੀ, ਗੱਡੀਆਂ ਤਾਂ ਸਾਡੀਆਂ ਖਤਮ ਹੀ ਆ, ਅਤੇ ਫੈਸਲੇ ਲੈ ਜਾਣਗੇ ਜੀ। ਅਤੇ ਹੁਣ ਤੁਹਾਡੀ ਯੂਨੀਅਨ ਟੁੱਟੀ ਹੋਈ ਆ, ਅਤੇ ਫਿਰ ਇਹਨੂੰ ਤੁਸੀਂ ਕਿਸ ਢੰਗ ਨਾਲ ਚਲਾਉਣੇ? ਇਹ ਤਾਂ ਜੀ ਸਾਡੇ ਹੁਣ ਧੱਕੇ ਨਾਲ ਹੀ ਆ ਸਾਰਾ ਕੁਛ, ਜੋ ਚੱਲੀ ਜਾਂਦਾ ਜੀ ਦੇ ਤੇ ਲੈ ਲੈਂਦੇ ਹਾਂ, ਅਤੇ ਕਹੀਏ ਦਿਓ ਪੈਸੇ, ਕਿਤੋਂ ਆਉਣਗੇ ਉਦੋਂ ਦੇਵਾਂਗੇ ਜੀ। ਮਤਲਬ ਉਹ ਇੱਥੇ ਉਹ ਕੰਮ ਯੂਨੀਅਨ ਵਾਂਗੂ? ਹਾਂ, ਯੂਨੀਅਨ ਨੂੰ ਹੋ ਰਿਹਾ ਕੰਮ ਤਾਂ ਜੀ। ਹਾਂਜੀ, ਪ੍ਰੱਪੇ ਨਾਲ ਹੋ ਰਿਹਾ। ਠੀਕ ਹੈ। ਅਤੇ ਜਿਹੜੀਆਂ ਗੱਡੀਆਂ ਤੁਹਾਡੀਆਂ ਮਤਲਬ ਜਾਂਦੀਆਂ ਨੈਸ਼ਨਲ ਪਰਮਿਟ ਦੀਆਂ ਹੈਗੀਆਂ, ਅਤੇ ਉਹ ਜਦੋਂ ਜਾਂਦੀਆਂ ਦੂਰ, ਅਤੇ ਉਹ ਰਸਤੇ 'ਚ ਕੋਈ ਪੁਲਿਸ ਵਗੈਰਾ, DTO ਵਗੈਰਾ, RTO ਵਗੈਰਾ, ਉਹ ਕਿੰਨਾ ਕੁ ਤੰਗ ਪਰੇਸ਼ਾਨ? ਬਹੁਤ ਤੰਗ ਕਰਦੇ ਜੀ ਉਹ ਤਾਂ ਜੀ, ਬੜੀ ਪਰੇਸ਼ਾਨੀ ਉਹ ਤਾਂ ਬਹੁਤ ਜੀ। ਹਾਂਜੀ। ਕਿੰਨੇ ਕੁ ਤੁਹਾਡੇ ਤੋਂ, ਮੰਨ ਲਓ ਇੱਥੋਂ ਤੁਸੀਂ ਗੁਹਾਟੀ ਦਾ ਗੇੜਾ ਲਾਇਆ,
ਤੇ ਰਸਤੇ 'ਚ ਕਿੰਨੇ ਸੂਬੇ ਆਉਂਦੇ ਆ? ਸਾਰੇ ਸੂਬਿਆਂ ਦੀ ਪੁਲਿਸ ਨੂੰ? ਸਾਰਿਆਂ ਨੂੰ ਕਿੰਨਾ? 30 ਰੁਪਈਆ ਪੁਲਿਸ ਦਾ ਖਰਚਾ ਕਿ ਇੱਕ ਗੇੜੇ ਦਾ? ਬਹੁਤ ਵੱਡੀ ਲੁੱਟ ਹੈ। ਅਤੇ ਜਿਹੜਾ ਕਈ ਵਾਰੀ ਹੁੰਦਾ ਹੈ ਵੀ ਤੁਹਾਡਾ ਰਸਤੇ 'ਚ ਕਿਤੇ ਬਾਈ ਚਾਂਸ ਕਿਸੇ ਦਾ ਹਾਦਸਾ ਹੋ ਜੇ? ਹੁਣ ਪਰਸੋਂ ਦੀ ਗੱਲ ਆ ਜੀ, ਗੱਡੀ ਆਈ ਹੈ ਇੱਕ, ਪੱਟੀ ਹੋ ਗਏ ਅਤੇ ਮੁੰਡੇ ਸੀਗੇ ਕਾਰ ਸੀ ਉਹਨਾਂ ਕੋਲ ਵੱਡੀ, ਉਹਨਾਂ ਰੋਕ ਕੇ ਅਤੇ ਡਰਾਈਵਰ ਨੂੰ ਤਾਂ ਉਹੀ ਮਾਰਤਾ, ਗੋਲੀ ਮਾਰਤੀ ਜਾਂਦੇ। ਅੱਛਾ, ਦੱਸੋ ਜੀ ਹੁਣ ਕਿਹੜੇ ਪਾਸੋਂ ਨਹੀਂ ਜਾਈਏ? ਵੱਡੇ ਰੋਡ 'ਤੇ ਜਾਂਦੇ ਹਾਂ, ਉੱਥੇ ਵੀ ਬੰਦੇ ਪੈਸੇ ਵਗੈਰਾ ਪੈਸੇ ਖੋਂਦੇ ਆ ਜੀ, ਅਤੇ ਗੱਡੀ ਵਾਲਾ ਬੰਦਾ ਕਰੂਗਾ ਵੀ ਕੀ ਹੈ ਜੀ? ਠੀਕ ਹੈ ਪਰਚੀਆਂ ਬਹੁਤ ਵੱਧ ਗਈਆਂ, ਟੈਕਸ ਸਾਰੇ ਵਧੇ ਹੋਏ ਆ। ਹਾਂਜੀ, ਪਹਿਲਾਂ ਟੈਕਸ ਘੱਟ ਸੀ ਗੱਡੀਆਂ ਦਾ, ਚਲੋ ਚੱਲੀ ਜਾਂਦੇ, ਟੈਕਸ ਵੀ